ਸਾਨੂੰ ਸੱਤਵੇਂ ਪਾਤਸ਼ਾਹੀ ਦੇ ਬਾਰੇ ਉਹਨਾਂ ਦੇ ਵਰ ਦੇ ਹਿਸਾਬ ਨਾਲ ਅਸੀਂ ਬਣਾ ਰਹੇ। ਗੁਰੂ ਸਾਹਿਬਾਨਾਂ ਦੀਆਂ ਦਾਤਾਂ ਨਾਲ ਭਰਪੂਰ ਇਹ ਪਿੰਡ ਜਿੱਥੇ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਨੇ ਤੇ ਇੱਥੋਂ ਦੇ ਭਾਂਡੇ ਲੱਖਾਂ ਦੇ ਭਾਅ ਵਿਕਦੇ ਨੇ। ਪੰਜਾਬ ਦੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਖਰੜ ਤਹਿਸੀਲ ਵਿੱਚ ਸਥਿਤ ਇੱਕ ਅਜਿਹਾ ਪਿੰਡ ਘੜੂਆਂ ਜੋ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਹੈ। ਇਹ ਧਰਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਹਰਿ ਰਾਏ ਜੀ ਦੇ ਚਰਨ ਛੋਹ ਧਰਤੀ ਹੈ। ਇੱਥੇ ਸਿੱਖਾਂ ਦੇ ਸੱਤਵੇਂ ਗੁਰੂ ਸ੍ਰੀ ਹਰਿ ਰਾਏ ਜੀ ਵੱਲੋਂ ਵਰਦਾਨ ਦਿੱਤਾ ਗਿਆ ਸੀ ਕਿ ਇੱਥੋਂ ਦੇ ਸਰਬ ਲੋਹ ਦੇ ਭਾਂਡੇ ਸੋਨੇ ਦੇ ਭਾਅ ਵਿਕਿਆ ਕਰਨਗੇ ਤੇ ਅੱਜ ਸਦੀਆਂ ਬਾਅਦ ਵੀ ਇਸ ਪਿੰਡ ਵਿੱਚ ਪੀੜ੍ਹੀਆਂ ਤੋਂ ਸਰਬ ਲੋਹ ਦੇ ਭਾਂਡੇ ਬਣਾਉਣ ਦਾ ਕੰਮ ਚੱਲ ਰਿਹਾ ਹੈ। ਸਤਿ ਸ਼੍ਰੀ ਅਕਾਲ, ABP ਸਾਂਝਾ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਇੰਦਰ ਸਿੱਧੂ। ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਦੇ ਉੱਤੇ ਲੈ ਕੇ ਪਹੁੰਚੇ ਹਾਂ ਜਿੱਥੇ ਸਰਬ ਲੋਹ ਦੇ ਬਰਤਨਾਂ ਨੂੰ ਬਣਾਇਆ ਜਾਂਦਾ ਹੈ। ਪਿਛਲੀਆਂ ਪੀੜ੍ਹੀਆਂ ਤੋਂ ਇਸ ਨੂੰ ਬਣਾਇਆ ਜਾਂਦਾ ਹੈ, ਇਸ ਦੇ ਇਤਿਹਾਸ ਬਾਰੇ ਜਾਣਾਂਗੇ ਤੇ ਉੱਥੇ ਹੀ ਇੱਥੇ ਜਿਨ੍ਹਾਂ ਦੇ ਵੱਲੋਂ ਇਹ ਬਰਤਨ ਬਣਾਏ ਜਾਂਦੇ ਆ ਤੇ ਹਰ ਗੁਰੂ ਸਾਹਿਬਾਨ ਦੇ ਗੁਰੂ ਤਖਤਾਂ ਦੇ ਉੱਤੇ ਭੇਜ ਜਾਂਦੇ ਨੇ, ਸਾਰਿਆਂ ਨੂੰ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ, ਕੀ ਪੂਰੀ ਪ੍ਰਕਿਰਿਆ ਹੈ, ਕੀ ਇਸਦਾ ਇਤਿਹਾਸ ਆ, ਉਸ ਦੇ ਬਾਰੇ ਗੱਲਬਾਤ ਕਰਾਂਗੇ। ਬਾਪੂ ਸਾਡੇ ਨਾਲ ਮੌਜੂਦ ਹੈ। ਬਾਪੂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਿਸਾਬ ਨਾਲ ਅਸੀਂ ਬਣਾ ਰਹੇ ਜੀ। ਮਹਾਰਾਜ ਨੇ ਉਹਨਾਂ ਦੀ ਸਾਨੂੰ ਕਿਰਪਾ ਕਰੀ ਹੋਈ ਹੈ। ਜਿਹੜਾ ਸਾਡਾ ਪਰਿਵਾਰ ਹੈ ਜੀ, ਇਹ ਇੱਥੋਂ ਦਾ, ਉਹੀ ਸਾਡੀ ਸੱਤਵੀਂ ਅੱਠਵੀਂ ਪੀੜ੍ਹੀ ਚੱਲ ਰਹੀ ਹੈ, ਉਹ ਅਸੀਂ ਉਹਦੇ ਪਿੱਛੇ ਖਾ ਰਹੇ ਹਾਂ ਜੋ ਰੋਜ਼ੀ ਰੋਟੀ ਹੈ। ਉਹ ਸਾਨੂੰ ਉਹਨਾਂ ਦੀ ਬਖਸ਼ਿਸ਼ ਹੈ। ਹਾਂਜੀ, ਕਿੰਨਾ ਸਮਾਂ ਹੋ ਗਿਆ ਬਾਪੂ ਜੀ ਬਣਾਉਂਦਿਆਂ ਨੂੰ? ਹੁਣ ਦੇਖੋ ਸੱਤਵੇਂ ਪਾਤਸ਼ਾਹ ਦੇ ਸਾਨੂੰ ਤਾਂ ਪਤਾ ਨਹੀਂ ਕਿੰਨੇ ਜਨਮ ਹੋਏ। ਉਸ ਤੋਂ ਬਾਅਦ ਹਾਂਜੀ ਲਗਾਤਾਰ ਬਣਾਉਂਦੇ, ਮੇਰੇ ਅੱਠਵੀਂ ਪੀੜ੍ਹੀ ਚੱਲ ਰਹੀ ਹੈ ਇਹ। ਹਾਂਜੀ, ਬਾਪੂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨੂੰ ਇਸੇ ਤਰ੍ਹਾਂ ਜਾਰੀ ਰੱਖੋਗੇ? ਹਾਂਜੀ, ਚੱਲਦਾ ਰਹੇ ਜੀ। ਹੁਣ ਚੱਲ ਰਹੇ ਹੁਣ ਦੇਖੋ ਤੁਹਾਡੇ ਸਾਹਮਣੇ ਜੀ, ਗੁਰਦੁਆਰਾ ਸਾਹਿਬ ਹਜ਼ੂਰ ਸਾਹਿਬ ਦਾ ਸੱਚਖੰਡ, ਹਜ਼ੂਰ ਸਾਹਿਬ ਦਾ ਕੜਾਹਾ ਬਣਾ ਰਹੇ ਜੀ। ਤੁਹਾਡੇ ਬਾਹਰ ਪਏ, ਤੁਸੀਂ ਦੇਖਿਆ ਹੀ ਹੈ, ਪਹਿਲਾਂ 200-300 ਕੜਾਹ ਉੱਥੇ ਬਣਾਏ, ਇੱਕ ਕੜਾਹ ਉੱਥੇ ਜਾ ਕੇ ਬਣਾਇਆ, ਬਾਕੀ ਚਮਚੇ ਤੋਂ ਲੈ ਕੇ ਸਾਰਾ ਸਮਾਨ ਬਣਾਉਂਦੇ ਹਾਂ। ਮਹਾਰਾਜ ਜੀ ਬਖਸ਼ਿਸ਼ ਹੈ, ਸੱਤਵੇਂ ਪਾਤਸ਼ਾਹ ਜੀ ਬਖਸ਼ਿਸ਼ ਹੈ ਜੀ, ਸਭ ਤੋਂ ਬੜੀ। ਗੁਰੂ ਤੇਗ ਬਹਾਦਰ ਸਾਹਿਬ ਵੀ ਇੱਥੇ ਆਏ, ਉਹਨਾਂ ਦੀ ਬਖਸ਼ਿਸ਼ ਹੈ ਜੀ। ਬਾਪੂ ਜੀ ਜਿਸ ਤਰ੍ਹਾਂ ਹੁਣ ਜਿਵੇਂ ਸਮਾਂ ਬਦਲ ਗਿਆ ਪਰ ਹਾਲੇ ਵੀ ਉਸੇ ਤਰ੍ਹਾਂ ਸਰਬ ਲੋਹ ਦੇ ਬਰਤਨ ਬਣਾ ਰਹੇ ਹੋ, ਜਿਸ ਤਰ੍ਹਾਂ ਬਾਅਦ ਲਿਖਿਆ ਹੋਇਆ ਕਿ ਅੰਮ੍ਰਿਤ ਛਕਣ ਵਾਲੇ ਬਾਟੇ ਵੀ ਇੱਥੇ ਬਣਾਏ ਜਾਂਦੇ ਨੇ, ਤਾਂ ਉਹ ਸਮੇਂ ਦੇ ਬਦਲਣ ਨਾਲ ਕੋਈ ਫਰਕ ਪਿਆ ਇਹ ਕੰਮ ਦੇ ਵਿੱਚ? ਜ਼ਿਆਦਾ ਫਰਕ ਪੈਂਦਾ ਜੀ। ਦੇਖੋ ਬਿਮਾਰੀਆਂ ਤੋਂ ਬਹੁਤ ਤਬਦੀਲੀ ਆਉਂਦੀ ਹੈ ਇਹਦੇ ਵਿੱਚ, ਜਿਹੜਾ ਆਪਣਾ ਸ਼ੂਗਰ ਵਗੈਰਾ ਬਲੱਡ ਵਗੈਰਾ
ਉਹ ਕਦੇ ਨਹੀਂ ਹੋਊਗਾ। ਬਿਮਾਰੀਆਂ ਤਾਂ ਬਹੁਤ ਰਹਿਤ ਹੈ ਜੀ, ਮਹਾਰਾਜ ਦੀ ਬਹੁਤ ਕਿਰਪਾ ਇਹਨਾਂ ਦੇ ਉੱਪਰ। ਹਾਂਜੀ ਬਜ਼ੁਰਗਾਂ ਨੇ ਬਾਟਾ ਭੇਟ ਕਰਿਆ। ਫਿਰ ਉਹਨਾਂ ਨੇ ਕਿਹਾ ਸਾਨੂੰ ਵੀ ਕਿਸੇ ਟਾਈਮ ਥੋੜੇ ਸੋਨੇ ਦੇ ਭਾਅ ਵਿਕਣਗੇ ਇਹ, ਅਤੇ ਹੁਣ ਵਿਕ ਰਹੇ ਹੈ, ਚੱਲ ਵੀ ਰਹੇ ਹਾਂ। ਅਤੇ ਇਹਨਾਂ ਦਾ ਬਰਤਨਾਂ ਦਾ ਜਿੰਨੇ ਵੀ ਕੋਈ ਵਰਤ ਰਹੇ, ਸਾਰੇ ਹਰ ਚੀਜ਼ ਵਰਤ ਰਹੇ, ਨਹੰਗ ਵੀ ਵਰਤ ਰਹੇ ਹੈ। ਅਤੇ ਹੁਣ ਆਮ ਬੰਦਾ ਵਰਤਣ ਲੱਗ ਗਿਆ, ਅਮਰੀਕਾ ਕਨੇਡਾ ਸਾਰੇ ਮਾਲ ਜਾ ਰਿਹਾ ਸਾਡਾ। ਇਹ ਸਾਡੀ 16ਵੀਂ ਪੀੜ੍ਹੀ ਚੱਲ ਰਹੀ ਹੈ, ਅਤੇ ਅੱਗੇ ਵੀ ਬੱਚੇ ਉਹਨਾਂ ਦੇ ਕਰ ਰਹੇ ਹਾਂ ਆਪਣੇ। ਫਾਇਦੇ ਤਾਂ ਇੱਕ ਤਾਂ ਆਇਰਨ ਦੀ ਕਮੀ ਪੂਰੀ ਹੁੰਦੀ ਹੈ ਇਹ 'ਚ, ਅਤੇ ਇੱਕ ਸ਼ੂਗਰ ਕੰਟਰੋਲ ਹੋ ਜਾਂਦਾ, ਅਤੇ ਹੋਰ ਵੀ ਬਿਮਾਰੀਆਂ ਦਾ ਕਈਆਂ ਦਾ ਇਲਾਜ ਆ। ਹਰ ਇੱਕ ਬੰਦਾ ਇਹੀ ਬਰਤਨ ਹੁਣ ਵਰਤ ਰਿਹਾ ਬਈ, ਹੈ ਤਾਂ ਮਿਹਨਤ ਥੋੜ੍ਹੀ ਜਿਹੀ ਕਰਨੀ ਪੈਂਦੀ ਹੈ, ਮਾਂਜਣੇ ਦੀ ਪ੍ਰੋਬਲਮ ਹੈ, ਬਾਕੀ ਹਰ ਇੱਕ ਬੰਦਾ ਹੁਣ ਇਹੀ ਵਰਤ ਰਿਹਾ। ਤੁਹਾਨੂੰ ਤੁਸੀਂ PGI ਜਾਓ, 32ਵਾਂ ਜਾਓ, ਤੁਹਾਨੂੰ ਕੋਈ ਨੰਗ ਨਹੀਂ ਮਿਲੂਗਾ ਬਿਮਾਰ, ਤੁਸੀਂ ਦੇਖਿਆ ਵੀ ਨਹੀਂ ਹੋਣਾ ਸ਼ਾਇਦ ਕਦੇ ਬਿਮਾਰ ਕੋਈ ਨੰਗ। ਅਤੇ ਇਹ ਗਾਹਾਂ ਗਾਹਾਂ ਦੇਖ ਕੇ ਪੀੜ੍ਹੀ ਹੁਣ ਗਾਹਾਂ ਗਾਹਾਂ ਬਿਮਾਰੀਆਂ ਬਹੁਤ ਲੱਗ ਰਹੀਆਂ, ਉਹਦੇ ਕਰਕੇ ਇੱਕ ਤਾਂ ਆਇਰਨ ਦੀ ਕਮੀ ਪੂਰੀ ਹੋ ਜਾਂਦੀ ਆ, ਇੱਕ ਸ਼ੂਗਰ ਦਾ ਕੰਟਰੋਲ ਹੁੰਦਾ, ਮਤਲਬ ਹੋਰ ਵੀ ਬਿਮਾਰੀਆਂ ਦਾ ਕਈਆਂ ਦਾ ਇਲਾਜ ਆ ਇਹ। ਸਾਡੇ ਹਜ਼ੂਰ ਸਾਹਿਬ, ਪਟਨਾ ਸਾਹਿਬ, ਅੰਮ੍ਰਿਤਸਰ, ਅਨੰਦਪੁਰ ਸਾਹਿਬ, ਹਰ ਇੱਕ ਜਗ੍ਹਾ ਜਾ ਰਹੇ ਹਾਂ। ਜਿਹੜੇ ਬਰਤਨ ਸਾਨੂੰ ਨਜ਼ਰ ਆਉਂਦੇ ਨੇ ਜਦੋਂ ਵੀ ਅਸੀਂ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹਾਂ, ਪਰ ਇੱਥੇ ਉਸਨੂੰ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ, ਕਿਸ ਤਰ੍ਹਾਂ ਗੁਰੂ ਸਾਹਿਬ ਦੇ ਵੱਲੋਂ ਇੱਕ ਬਖਸ਼ਿਸ਼ ਦਿੱਤੀ ਗਈ ਸੀ, ਜਿਸ ਤੋਂ ਬਾਅਦ ਇੱਥੇ ਬਰਤਨ ਜਿਹੜੇ ਨੇ ਲਗਾਤਾਰ ਪੀੜ੍ਹੀਆਂ ਦੇ ਵੱਲੋਂ ਬਣਾਏ ਜਾ ਰਹੇ ਨੇ। ਅਤੇ ਉਸਦੇ ਨਾਲ ਹੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਤੋਂ ਬਾਅਦ ਵੀ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਵੀ ਇਸੇ ਤਰ੍ਹਾਂ ਸਰਬਲੋ ਦੇ ਬਰਤਨ ਬਣਾਏ ਜਾਣਗੇ, ਅਤੇ ਅਸੀਂ ਜੋ ਸਾਨੂੰ ਬਖਸ਼ਿਸ਼ ਮਿਲੀ ਆ ਉਸੇ ਨੂੰ ਪੂਰੀ ਪੀੜ੍ਹੀ ਦਰ ਪੀੜ੍ਹੀ ਚਲਾਵਾਂਗੇ। ਤਾਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਉੱਧਰੋਂ ਉਹਨਾਂ ਦੇ ਵੱਲੋਂ ਵੀ ਬਰਤਨ ਬਣਾਏ ਜਾ ਰਹੇ ਸੀ, ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਵੀ ਇੱਥੇ ਆਉਂਦੇ ਨੇ, ਗੁਰੂ ਧਾਮਾਂ ਤੋਂ ਆਉਂਦੇ ਨੇ, ਜਿਨ੍ਹਾਂ ਨੇ ਉੱਥੇ ਬਰਤਨਾਂ ਦੀ ਜਿਹੜੀ ਕੜਾਹੇ ਵੀ ਜਿਹੜੇ ਬਣਾਏ ਜਾਂਦੇ ਨੇ, ਤਾਂ ਕਹਿ ਸਕਦੇ ਹਾਂ ਕਿ ਇੱਕ ਵੱਡੀ ਬਖਸ਼ਿਸ਼ ਵੀ ਜਿਹੜੀ ਆ ਉਹ ਹੋਈ ਹੈ, ਅਤੇ ਉਸ ਬਖਸ਼ਿਸ਼ ਨੂੰ ਪੂਰਨ ਤੌਰ 'ਤੇ ਇਸ ਪਿੰਡ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਵੱਲੋਂ ਮੰਨਿਆ ਵੀ ਜਾ ਰਿਹਾ ਹੈ। ਵੀਡੀਓ ਜਰਨਲਿਸਟ ਲਾਲਤਾ ਪ੍ਰਸ਼ਾਦ ਦੇ ਨਾਲ ਇੰਦਰ ਸਿੱਧੂ, APSanja।